बिस्कुट नहीं लेके आंदे थे हां जी मित्र प्यारे हो तुहाडा साडे न्यू व्लॉग विच स्वागत आ मारदा घूरे जट रजिया शराब दा हाथी बग झूले पुत बन के नवाब दा बेबे कहने भूआ कहने गुस्से हो गई बेबे नाल ते होर पुछ ना किटी दा फोन आ गया गुस्से हो गए साडे ने तां ਅਸੀਂ ਉਦਣ ਦੂਸਰੇ ਭੂਆ ਘਰੇ ਸੰਧਾਰਾ ਲੈ ਕੇ ਨਹੀਂ ਗਏ ਬੇਬੇ ਕਹਿੰਦੇ ਚੱਲ ਛੋਟੀ ਭੂਆ ਘਰੇ ਦੇ ਆਉਣੇ ਸੰਧਾਰੇ ਸਵਾਰੀ ਤੇ ਵੱਡੀ ਭੂਆ ਘਰੇ ਰਹਿਣ ਦਿੰਨੇ ਆ ਉਹ ਗੁੱਸੇ ਹੋ ਗਈ ਭੂਆ ਬੇਬੇ ਨਾਲ ਹੋਰ ਤੇ ਹੁਣ ਫਿਰ ਬਾਜੋ ਸਪੈਸ਼ਲ ਸਪੈਸ਼ਲ ਕਢਾਇਆ ਹੁਣ ਲੈ ਕੇ ਚੱਲੇ ਆ ਫਿਰ ਬਿਸਕੁਟ ਕਢਾ ਕੇ ਲੈ ਕੇ ਚੱਲੇ ਰੁੱਸੇ ਫਿਰਦੇ ਸਾਡੇ ਨਾਲ ਭੂਆ ਹੋਣੀ ਆਹੋ ਕੀ ਕਰਦਾ ਰੁੱਸਾ ਫਿਰ ਕੀ ਚੌਲਾਂ ਦੀ ਬੁਰਕੀ ਅਸਿਆ ਕਿ ਚੱਲ ਬਿਸਕੁਟ ਵੀ ਆ ਨਾ ਅਸੀਂ ਕੱਲੇ ਬਿਸਕੁਟ ਹੀ ਦੇ ਗਾਣੇ ਬੇਬੇ ਹੋਰ ਕੁਝ ਨਹੀਂ ਕੋਈ ਫਰੂਟ ਵੀ ਨਹੀਂ ਦੇਣਾ ਅਸੀਂ ਵੀ ਜਾਣਾ ਹੀ ਨਹੀਂ ਉਹਨਾਂ ਤੇ ਰੋਟੀ ਖਾ ਲਈ ਉਹ ਕਿ ਰੋਟੀ ਖਾਣ ਲਈ ਨਹੀਂ ਇਹ ਰੋਟੀ ਤਾਂ ਖਵਾਉਣ ਗਈ ਇਹ ਤਾਂ ਖਵਾਉਣ ਵੀ ਰੋਟੀ ਨਾਲ ਨਾਲ ਤੇ ਖਵਾਉਣ ਗਈ ਕੋਈ ਪਤਾ ਨਹੀਂ ਇਧਰੋਂ ਨਾ ਰੋਟੀ ਮਿਲੇ ਏਕਮ ਹਾਏ ਇੱਕ ਇੰਟਰੋਡਕਸ਼ਨ ਏਕਮ ਕਹਿੰਦਾ ਮੈਂ ਦੇਣੀ ਚਲੋ ਵੀ ਏਕਮ ਹੈਲੋ ਗਾਇਸ ਕਿਵੇਂ ਹੋ ਸਾਰੇ ਵੈਲਕਮ ਬੈਕ ਟੂ ਅਨਦਰ ਵਲੌਗ सो गाइस आज दे व्लॉग च अब्बा चले हां भूआ दे घर हां जी बिस्कुट लेके तो आगे देखो की बांदा फिर ते की नहीं बांदा मैं भूखे मुड़ के आउने के रोटी खा के आउने मैं चले हां बेबे जी एकम ते मम्मी जी आई सारे जाने चले हां भूआ घरे ते अही भी कल्ले बिस्कुट ही लेके जाने और कोई नहीं लेके जाना तो चलिए फिर चलो चलो ਤੁਸੀਂ ਦੋਵੇਂ ਜਾਣੇ ਕੀ ਸਕੀਮਾਂ ਲਾਈ ਜਾਂਦੇ ਆ ਅਸੀਂ ਵੇਂਦੇ ਸੀ ਇਹ ਜਿਹਨਾਂ ਮਗਰਾਈਆਂ ਕੀ ਆ ਮਗਰਾਈਆਂ ਇਹ ਦੇ ਚ ਮਗਰਾਈਆਂ ਉਹ ਕੀ ਹੁੰਦਾ ਆਈਆਂ ਮਗਰਾਈਆਂ ਪਾਣੀ ਉੱਤੇ ਤਰਦੀਆਂ ਸਾਰਾ ਸਾਹ ਨਾ ਲੈਂਦੀਆਂ ਸਿੱਖ ਤੋਂ ਡਰਦੀਆਂ ਆਵੇਂ ਜਿਹਦੇ ਮਗਰਾਈਆਂ ਦੋ ਤਿੰਨ ਬੇਬੇ ਐਵੇਂ ਨਾ ਫੋਟੋ ਕਿਸੇ ਨੂੰ ਖਿੱਚ ਕੇ ਭੇਜਦੀ ਵਾਹ ਤਾਂ ਦਾਦੀਏ ਅੱਜ ਫੇਰ ਆਪਾਂ ਕੁੜਤਾ ਪਜਾਮਾ ਪਾ ਕੇ ਚੱਲੇ ਆ ਤੇ ਆ ਜਿਹੜਾ ਪਹਿਲੇ ਦਿਨ ਪਾਇਆ ਆ ਜਿਹੜਾ ਬੇਬੇ ਹਾਂਜੀ ਐਨਕਾ ਦਾ ਨਿਊ ਡਿਜ਼ਾਈਨ ਆ ਗਿਆ ਹਾਂਜੀ ਹਾਂ ਵਧੀਆ ਵਧੀਆ जाके लड़ना के नहीं सही गल बाहर ही लड़ते जाइए आ गए कहते सन्धारा लैके नहीं आए साडे फलाना ढोका पूरी सेवा की जाए साडी सारे को अज दी डेट च हैगा ही पैसा आ ਵਲੌਗ ਪਾਤਾ ਸਾਡਾ ਜਾਪਾ ਚੱਲਿਆ ਚੋਲੇ ਜਿਹੜਾ ਹੈਗਾ ਜੀਰੇ ਕੋਲੇ बिस्कुट नहीं लेके आंदे थे मगर भूआ ले आते बिस्कुट आने खुश हो स्पेशल जाके कढ़ा के लिया
ਜਾਗਰ ਹੋ ਗਈ ਹਾਂ ਭੂਆ ਦਾ ਪੁੱਛੋ ਹਲੇ ਰੁੱਸੇ ਫਿਰਦੇ ਆ ਕਿ ਮੰਨ ਗਏ ਆ ਅੱਜ ਚਾਹ ਪੀ ਲੈਗੇ ਚਾਹ ਪੀ ਕੇ ਪੁੱਛਾਂਗੇ ਹੈ ਸਾਨੂੰ ਤੇ ਬਾਹਰੋਂ ਫੋਨ ਆ ਗਏ ਸੀਗੇ ਕਹਿੰਦੇ ਰੰਗ ਬੜਾ ਕਾਲਾ ਹੋਣਾ ਪਿਆ ਵੀਰੇ ਟੌਪ ਝੋਨਾ ਗੱਲ ਕਹਿੰਦੇ ਵੇਚਤੀ ਮੱਝ ਫਿਰ ਓਕੇ ਵੀਰੇ ਹੋ ਗਈ ਡਨ ਕਿ ਨਹੀਂ ਹੋ ਗਈ ਜੀ ਮੁਬਾਰਕਾ ਬਾਬ ਤੁਹਾਨੂੰ ਵੀ ਸਾਡੇ ਕਿੰਨੇ ਦਾ ਵੀ ਕੋਈ ਹਾਲ ਨਹੀਂ ਦਿਖਾਉਣੀ ਮੱਝ ਕੋਈ ਹੋਰ ਸੀ ਦਿਖਾ ਕੋਈ ਹੋਰ ਦਿੱਤੀ ਕਿੰਨੇ ਚ ਸੌਦਾ ਹੋ ਗਿਆ ਵੀਰੇ ਹੈ ਬਈ ਨੌਜਵਾਨ ਗੱਭਰੂ ਤਿਆਰ ਹੋ ਗਏ ਚੱਲੇ ਹੁਣ ਜੀਰੇ ਸ਼ਹਿਰ ਦੀ ਧਰਤੀ ਤੇ ਕਹਿੰਦੇ ਉੱਥੇ ਖਾ ਪੀ ਕੇ ਆਉਣਾ ਕਹਿੰਦੇ ਸਾਡੇ ਘਰੇ ਪ੍ਰਾਹੁਣਾ ਆ ਤੇ ਕਹਿੰਦੇ ਹੁਣ ਖਵਾ ਪਿਆ ਕੇ ਲਿਆਉਣਾ ਵੇਖੋ ਕੀ ਖਵਾਉਂਦੇ ਪਿਆਉਂਦੇ ਆ ਵੀਰੇ ਹੁਣੀ ਦੇਣਗੇ ਕਹਿੰਦੇ ਡੋਸਾ ਕਿੱਦਾਂ ਦਾ ਲੱਗਾ ਫਿਰ ਤੇ ਮਿਰਚਾਂ ਬਾਹਲੀਆਂ ਡੋਸੇ ਅਸੀਂ ਮਸਾਲਾ ਸਪਾਈਸੀ ਡੋਸਾ ਕਰਾ ਲਿਆ ਹੁਣ ਬਾਅਦ ਸਾਨੂੰ ਪੇਸਟੀਆਂ ਕਰਾਉਣੀਆਂ ਪਈਆਂ ਯਮੀ ਯਮੀ ਤੁਸੀਂ ਕੀ ਖਾਧਾ ਅੱਜ ਇੱਥੇ ਘਰੇ ਕਿਹੜੀ ਕਿਹੜੀ ਸਬਜ਼ੀ ਸੀ ਅੱਜ ਜਸਪ੍ਰੀਤ ਨੇ ਪਨੀਰ ਦੀ ਭੁਰਜੀ ਬਣਾਈ ਨੂੰ ਵਾਹ ਕੀ ਬਾਤ ਆ ਨਾਲ ਬੂੰਦੀ ਵਾਲਾ ਦਹੀਂ ਸੀ ਬਹੁਤ ਹੀ ਸਵਾਦ ਬਣਾਇਆ ਇਹਨਾਂ ਨੂੰ ਪਤਾ ਹੈ ਪਿਛਲੀ ਵਾਰੀ ਕੌਣ ਨਹੀਂ ਮਿਲਿਆ ਸੀ ਪਿਛਲੀ ਵਾਰੀ ਭੂਆ ਕੋਲੇ ਸਮੋਸੇ ਮਿਲੇ ਦੂਸਰੀ ਭੂਆ ਕੋਲ ਉਹ ਇਹਨਾਂ ਨੇ ਪਹਿਲਾਂ ਹੀ ਪਿਆਜ਼ ਪੂਜ ਚੀਰ ਕੇ ਰੱਖ ਲਏ ਸੀ ਅੱਜ ਸਬਜ਼ੀ ਰੋਟੀ ਆਪਾਂ ਇਹਨਾਂ ਨੂੰ ਖਵਾਉਣੀ ਪੈਣੀ ਬੇ ਬਾਏ ਕਰ ਦੋ ਬਾਏ 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 ਬੇ ਹੁਣ ਕਿੱਥੇ ਜਾਣਾ ਹੁਣ ਆਪਾਂ ਪਿੰਡ ਚੱਲੇ ਬੋਤਾ ਗਏ ਬੇਬੇ ਗੱਡੀ ਚਲਾਉਣੀ ਸਿੱਖਣੀ ਆ ਤੂੰ ਹਾਂ ਸਿੱਖਣੀ ਆ ਮੈਂ ਚੰਡੀਗੜ੍ਹ ਕੱਲੀ ਨਹੀਂ ਜਾਣਾ ਤੇ ਨਾਲ ਨਹੀਂ ਲੈ ਕੇ ਜਾਣਾਗਾ ਕਿਉਂ ਚੰਡੀਗੜ੍ਹ ਕਿਹਦੇ ਕੋਲ ਜਾਣਾ ਤੂੰ ਜਾਂ ਜਿੱਥੇ ਤੂੰ ਜਾਣਾ ਤੇ ਜਿਸ ਤੇਰਾ ਟਿਕਾਣਾ ਮੈਂ ਪੁੱਛ ਤਾਂ ਸਕੇ ਚਲੀ ਜਾਵਾਂਗੀ ਤੈਨੂੰ ਪਤਾ ਨਹੀਂ ਲੱਗਣਾ ਕਹਿ ਤਾ ਮੈਂ ਲੱਗ ਜੂ ਪਤਾ ਪੁੱਛ ਤਾਂ ਸਭ ਦੁਨੀਆ ਥੋੜੀ ਖੜੀ ਉੱਥੇ ਤੇ ਗੇਅਰ ਗੂਰ ਕਿਵੇਂ ਪਾਏਗੇ ਗੱਡੀ ਗੇਅਰ ਆਏ ਗੇਅਰ ਪੈ ਜੂਗਾ ਜੇ ਮੈਂ ਚਲਾਉਣ ਸਿੱਖ ਗਿਆ ਤਾਂ ਗੇਅਰ ਪੈ ਜਾਣਗੇ ਤੇ ਸਟੀਅਰਿੰਗ ਸਟੀਅਰਿੰਗ ਦਾ ਕੀ ਹੈ ਸਟੀਅਰਿੰਗ ਤੇ ਬ੍ਰੇਕ ਤੇ ਕਲੱਚ ਬ੍ਰੇਕ ਤੇ ਕਲੱਚ ਤੇ ਪੈਰ ਰੱਖੀ ਰੱਖਣੇ ਕਦੇ ਤਾਂ ਚੱਕ ਲੈ ਪੈਰ ਮਾਰ ਜਾ ਬ੍ਰੇਕ ਤੇ ਬੇਬੇ ਨੂੰ ਸਾਰਾ ਪਤਾ ਏ ਟੂ ਜ਼ੈਡ ਨਹੀਂ ਅਗਲੀ ਵਾਰੀ ਆਪਾਂ ਇਕੱਠੇ ਚੱਲਾਂਗੇ ਚੰਡੀਗੜ੍ਹ ਕੇ ਕੱਲੀ ਨਹੀਂ ਜਾਣਾ ਮੈਂ ਤੈਨੂੰ ਨਾਲ ਲੈ ਜਾਣਾ ਤੇ ਮੈਂ ਕੱਲੀ ਨਹੀਂ ਜਾਣਾ ਮੈਂ ਪਹਿਲਾਂ ਕਮਰਾ ਦਾ ਲੈ ਲੈਣਾ ਰੂਮ ਬੁੱਕ ਕਰਾ ਲੈਣਾ ਪਹਿਲਾਂ ਰੂਮ ਬੁੱਕ ਕਰਾ ਹੀ ਲੈਣਾ ਤੇ ਟੀਪਰ ਰੋਟੀ ਨੂੰ ਲਵਾ ਲੈਣਾ ਬਸ ਮੈਂ ਅੱਛਾ ਬ੍ਰੇਕਫਾਸਟ ਲੰਚ ਡਿਨਰ ਟਿਫਨ ਟਿਫਨ ਲਵਾ ਲੈਣਾ ਬਸ ਉਹ ਜਾ ਕੇ ਅੱਛਾ ਤੇ ਬਾਪੂ ਵਿਚਾਰਾ ਉਹ ਨਹੀਂ ਤੇ ਬਾਪੂ ਫਿਰ ਤੇ ਬਾਪੂ ਤੋਂ ਤੁਸੀਂ ਬਾਪੂ ਕੋਲੇ ਰਹੋ ਤੁਸੀਂ ਹੈਗੇ ਬੇਬੇ ਤੂੰ ਕਿ ਮੈਂ ਇੰਜੋਏ ਕਰਕੇ ਆਉਣਾ ਚੰਡੀਗੜ੍ਹ ਬਾਪੂ ਦਾ ਧੀਆਂ ਪੁੱਤਾਂ ਕੋਲੇ ਰਹੂਗਾ ਤੇ ਮੈਂ ਸ਼ੋਪਿੰਗ ਕਰਕੇ ਆ ਮੈਂ ਚੰਡੀਗੜ੍ਹ ਤੇ ਵੇਖਣਾ ਹੀ ਵੇਖਣਾ ਔਖੀ ਹੋ ਕੇ ਵੇਖਣਾ ਕੋਈ ਟੈਨਸ਼ਨ ਨਹੀਂ ਹੁਣ ਅਸੀਂ ਘਰੇ ਆ ਗਏ ਹਾਂ ਹੁਣ ਗੁੜੀਆ ਬਾਹਰ ਖੋਲਣ ਗਈ ਆ ਗੇਟ ਨੀ ਕਿਸੇ ਨੇ ਖੋਲਿਆ ਹਾਂ ਮੰਮੀ ਜੀ ਗਏ ਹੋਏ ਬਾਹਰ ਖੋਲਣ ਬਾਹਰ ਖੋਲਣ ਗਏ ਤੇ ਕਹਿੰਦਾ ਕਹਿੰਦਾ ਤੂੰ ਤਾਂ ਰੋਜ਼ ਹੀ ਤੁਰੇ ਰਹੇ ਅਸੀਂ ਕੀ ਕਰੀਏ ਹੁਣ ਸਾਨੂੰ ਕੰਮ ਹੀ ਇੰਨੇ ਹੁੰਦੇ ਆ ਅਸੀਂ ਕੀ ਕਰਗੇ ਕੰਮ ਕਰ ਚੰਡੀਗੜ੍ਹ ਰਹਿਣ ਸਹਿਣ ਹਾਂ ਰਹਿਣ ਸਹਿਣ ਬੇਬੇ ਸਾਡੇ ਕ ਚਾਰ ਸੋ ਮੇਰਾ ਫਰੈਂਡ ਆ ਰਿਹਾ ਸੋ ਆਪਾਂ 5 ਵਜੇ ਇੱਥੋਂ ਤੁਰ ਪਾਂਗੇ ਸੋ ਬਾਅਦ ਤੂੰ ਟਿਊਸ਼ਨ ਜਾਣਾ ਇਹ ਟਿਊਸ਼ਨ ਨਹੀਂ ਮਿਸ ਕਰਦਾ ਕਿਉਂਕਿ ਸਾਡੇ ਕਮ ਇੰਟੈਲੀਜੈਂਟ ਬਹੁਤ ਆ ਓ ਹੋਪ ਤੁਹਾਨੂੰ ਸਾਰਿਆਂ ਨੂੰ ਸਾਡਾ ਇਹ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਜੇ ਇਹ ਵਲੌਗ ਪਸੰਦ ਆਇਆ ਵੀਡੀਓ ਨੂੰ ਲਾਈਕ ਕਰ ਦਿਓ ਤੇ 2-3 ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸਾਡਾ ਵਲੌਗ ਕਿੱਦਾਂ ਦਾ ਲੱਗਾ ਤੇ ਜੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਸਬਸਕ੍ਰਾਈਬ ਕਰ ਲਿਓ ਥੈਂਕ ਯੂ